गड्डी कर ली आ पियां पियां रुपए सवारी चलो जी सुमो गड्डियां ਪੁਲਨਾ ਪਿੰਡ ਤੱਕ ਆਪਾਂ ਗੱਡੀਆਂ ਆਉਂਦੀਆਂ ਨੇ ਉੱਥੋਂ ਆਪਾਂ ਤੁਰ ਕੇ ਯਾਤਰਾ ਸ਼ੁਰੂ ਕਰ ਲਈ ਆ ਤੇ ਹੈਗੇ ਖੱਚਰ ਵਾਲਿਆਂ ਦਾ ਇਹਨਾਂ ਸਾਰੇ ਖੱਚਰ ਖੁਚਰ ਮਿਲ ਜਾਂਦੇ ਨੇ ਪੁਲਨਾ ਪਿੰਡ ਤੇ ਬਾਈ ਕਿਤਨੇ ਪੈਸੇ ਲੈਤੇ ਹੋ ਆਪ 1900 ਰੁਪਏ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ 1900 ਰੁਪਏ ਤੇ ਜੇ ਗੋਬਿੰਦ ਧਾਮ ਤੋਂ ਜੇ ਨੀਚੇ ਆਉਣਾ ਹੋਏ 1300 ਫਿਰ 1300 ਰੁਪਏ ਲੈਂਦੇ ਨੇ ਜੇ ਆਪਾਂ ਧਾਮ ਤੋਂ ਉੱਤੇ ਜਾਣਾ ਵਾ ਹੇਮਕੁੰਟ ਸਾਹਿਬ ਨੂੰ ਉਹਦੇ ਅਲੱਗ ਪੈਸੇ ਨੇ ਜਦੋਂ ਆਪਾਂ ਥੱਲੇ ਆਉਂਦੇ ਫਿਰ ਤਾਂ ਭੱਜੇ ਭੱਜੇ ਹੀ ਆਉਂਦੇ ਹਾਂ 10 ਕਿਲੋਮੀਟਰ ਪੈਂਦਾ ਵਾ ਆਪਾਂ ਨੂੰ ਗੋਬਿੰਦ ਘਾਟ ਤੋਂ ਗੋਬਿੰਦ ਧਾਮ 10 ਕਿਲੋਮੀਟਰ ਖੱਚਰ ਕਿੰਨੇ ਖੜੇ ਆ ਦੇਖੋ ਕਿੰਨੇ ਖੱਚਰੀ ਖੱਚਰ ਜਦੋਂ ਸੰਗਤਾਂ ਦਾ ਇਕੱਠ ਜ਼ਿਆਦਾ ਹੁੰਦਾ ਉਦੋਂ ਤਾਂ ਖੜੇ ਵੀ ਨਹੀਂ ਮਿਲਦੇ ਉਦੋਂ ਤਾਂ ਬਸ ਆਈ ਜਾਂਦੇ ਜਾਈ ਜਾਂਦੇ ਹੁਣ ਸੰਗਤ ਘੱਟ ਹੈ ਸਤੰਬਰ ਦਾ ਮਹੀਨਾ ਵਾ ਤੇ ਹੁਣ ਦੇਖੋ ਖੱਚਰਾਂ ਦੀ ਲਾਈਨ ਹੀ ਲੈਣ ਲੱਗੀ ਪਈ ਆ ਇਹ ਵੀ ਹੁਣ ਵਿਹਲੇ ਹੋ ਜਾਂਦੇ ਨੇ ਆਹ ਦਿਨਾਂ ਚ ਆਜੇ ਬਾਬਾ ਜੀ ਆਂਦੇ ਉੱਪਰੋਂ ਦੀ ਬਾਬਾ ਜੀ ਨੂੰ ਪੁੱਛ ਲਿਆ ਆਜੋ ਬਾਬਾ ਜੀ ਆਜੋ ਵਾਹਿ ਖਾਲਸਾ ਵਾਹਿ ਫਤਿਹ ਬਾਬਾ ਜੀ ਕਿਵੇਂ ਉੱਤੇ ਹਾਂਜੀ ਸੰਗਤ ਆ ਜਾ ਰਹੀ ਆ ਕਦੋਂ ਆਏ ਤੁਸੀਂ ਕੱਲ ਕੱਲ ਕਹਿਲ ਉੱਤੇ ਗਏ ਸੀ ਪਰਸੋਂ ਥੱਲੇ ਗਏ ਤੇ ਉੱਪਰ ਉੱਪਰ ਮੌਸਮ ਕਿੱਦਾਂ ਧੁੱਪ ਧੁੱਪ ਨਿਕਲੀ ਆ ਅੱਛਾ ਵਧੀਆ ਹੋ ਗਏ ਦਰਸ਼ਨ ਚਲੋ ਵਧੀਆ ਵਧੀਆ ਚਲੋ ਵਧੀਆ ਜੀ ਵਧੀਆ ਪਰਮਾਤਮਾ ਆਪ ਹੀ ਲੈ ਕੇ ਆਂਦੇ ਮੇਰੀ ਇੱਛਾ ਨਹੀਂ ਸੀਗੀ ਜੀ ਅੱਛਾ ਜੀ ਥੱਲੇ ਜਮਾਂ ਜੀ ਫਿਰ ਮੈਂ ਰਸਤੇ ਚੋਂ ਮੁੜ ਕੇ ਫਿਰ ਗੱਡੀ ਚੋਂ ਕੱਪੜੇ ਚੱਕ ਕੇ ਲਿਆਏ ਜੀ ਉਹ ਵਾਹ ਜੀ ਵਾਹ ਦੇਖ ਲਓ ਸੰਗਤ ਜੀ ਪਹਿਲਾਂ ਮੇਰੀ ਇੱਛਾ ਸੀ ਵੀ ਜਾਊਂਗਾ ਫਿਰ ਸਵੇਰ ਬਾਰਿਸ਼ ਹੋ ਰਹੀ ਸੀ ਪਰਸੋਂ ਹੀ ਚੌਥੇ ਫਿਰ ਮੈਂ ਕਿਹਾ ਵੀ ਨਹੀਂ ਜਾਂਦੇ ਜੀ ਕਿਹਾ ਕਰਦਾ ਜੀ ਫਿਰ ਬਸ ਪਰਮਾਤਮਾ ਹੀ ਬਸ ਮੇਰੇ ਮੈਂ ਆਪਦੀ ਆਪ ਨਹੀਂ ਕਹਿ ਸਕਦਾ ਜੀ ਮੈਂ ਗਿਆ ਜੀ ਬਸ ਕੁਦਰਤੀ ਕਿਰਪਾ ਹੀ ਹੋਈ ਜੀ ਬਸ ਮਹਾਰਾਜ ਜਦੋਂ ਘਰੋਂ ਬਸ ਉਹਨੇ ਬਣਾ ਲਿਆ ਨਾ ਹਾਂਜੀ ਪਲਾਨ ਤੇ ਬਸ ਆਪ ਹੀ ਉਹਨਾਂ ਨੇ ਲੈ ਕੇ ਆਉਣਾ ਆਪ ਹੀ ਘਰੇ ਤੱਕ ਉਹਨਾਂ ਨੇ ਛੱਡ ਕੇ ਆਉਣਾ ਸਹੀ ਗੱਲ ਹੈ ਵਧੀਆ ਹੋ ਗਿਆ ਦਰਸ਼ਨ ਹਾਂਜੀ ਬਹੁਤ ਵਧੀਆ ਠੀਕ ਹੈ ਕਿੱਥੋਂ ਆਏ ਜੀ ਮੈਂ ਬਠਿੰਡੇ ਤੋਂ ਜੀ ਬਠਿੰਡੇ ਤੋਂ ਹਾਂਜੀ ਪਹਿਲਾਂ ਮੈਂ ਉੱਥੇ 4 ਧਾਮ ਗੱਡੀ ਲੈ ਕੇ ਆਇਆ ਸੀਗਾ ਜੀ ਅੱਛਾ ਜੀ ਇੱਥੇ 2 ਚੱਕਰ ਲਾਏ ਸੀਗੇ ਜੀ ਮੈਂ ਅਗਲੇ ਚੱਕਰ ਜਾਵਾਂਗਾ ਜੀ ਫਿਰ ਪਰਮਾਤਮਾ ਆਪ ਹੀ ਲੈ ਗਿਆ ਜੀ ਠੀਕ ਹੈ ਵੈਸੇ ਕੋਈ ਬੰਦਾ ਆਦਮੀ ਕਹਿੰਦਾ ਮੈਂ ਜਾਇਆ ਜੀ ਨਹੀਂ ਜੀ ਜਿੰਨਾ ਚਿਰ ਉਹ ਨਹੀਂ ਬਣਾਉਂਦਾ ਉਨਾ ਚਿਰ ਨਹੀਂ ਸਹੀ ਗੱਲ ਬੰਦਾ ਆਪ ਨਹੀਂ ਕੁਛ ਕਰਦਾ ਜੀ ਉਹ ਪਰਮਾਤਮਾ ਠੀਕ ਹੈ ਜੀ ਖਾਲਸਾ ਵਾਹਿਗੁਰੂ ਲੋ ਜੀ ਅਸੀਂ ਚੜਾਈਆਂ ਚੜਦੇ ਚੜਦੇ ਕਾਫੀ ਉੱਤੇ ਤੱਕ ਆ ਗਏ ਆ ਤੇ ਇੱਕ ਆਪਣੇ ਫਰੈਂਡ ਮਿਲੇ ਨੇ ਆਪਾਂ ਨੂੰ ਫਰੋਮ ਜਰਮਨੀ ਤੋਂ ਅਸੀਂ ਦੋਨੇ ਨੇ ਕਾਫੀ ਗੱਲਾਂ ਬਾਤਾਂ ਕਰਦੇ ਕਰਦੇ ਉੱਤੇ ਹੀ ਆ ਰਹੇ ਆ ਸੇ ਹਾਏ ਓਕੇ ਐਕਚੁਅਲੀ ਇਹ ਆਏ ਨੇ ਜਰਮਨੀ ਤੋਂ ਤੇ ਫਸਟ ਟਾਈਮ ਆਏ ਨੇ ਹੇਮਕੁੰਟ ਸਾਹਿਬ ਤੇ ਕਾਫੀ ਘੁੰਮ ਚੁੱਕੇ ਆ ਕਹਿੰਦੇ ਗੋਲਡਨ ਟੈਂਪਲ ਵੀ ਦੇਖ ਲਿਆ ਇਹਨਾਂ ਨੇ ਤੇ ਕਾਫੀ ਐਕਸਪਲੋਰ ਕੀਤਾ ਇਹਨਾਂ ਨੇ ਇੰਡੀਆ ਵੀ ਤੇ ਹਰ ਸਾਲ 2 ਸਾਲ ਬਾਅਦ ਇਹ ਇੰਡੀਆ ਆਉਂਦੇ ਨੇ ਦੇਖਣ ਘੁੰਮਣ ਨੂੰ ਤੇ ਇਹਨਾਂ ਦਾ ਨਾਂ ਹੈਗਾ ਨਾਨਾ ਆਪਣੇ ਉਰੇ ਨਾਨਕਿਆਂ ਨੂੰ ਨਾਨਾ ਨਾਨੀ ਕਹਿੰਦੇ ਇਹਨਾਂ ਦਾ ਨਾਂ ਨਾਨਾ ਵਾ ਤੇ ਆਓ ਦੇਖੋ ਝਰਨਾ ਬਹੁਤ ਸੋਹਣਾ ਬਸ ਹੌਲੀ ਹੌਲੀ ਜਾਈ ਨੇ ਆ ਨਾਲ ਦੇ ਬੰਦੇ ਆਪਣੇ ਕਾਫੀ ਉੱਤੇ ਚਲੇ ਗਏ ਨੇ ਬਟ ਜੇ ਆਪਾਂ ਹੌਲੀ ਹੌਲੀ ਸਟੈਪ ਲਵਾਂਗੇ ਤਾਂ ਉਹ ਵਧੀਆ ਰਹਿੰਦਾ ਵਾ ਸਾਹ ਵੀ ਨਹੀਂ ਚੜਦਾ ਇੰਨਾ ਥਕਾਵਟ ਵੀ ਨਹੀਂ ਮਹਿਸੂਸ ਹੁੰਦੀ ਜਿਉਂ ਜਿਉਂ ਉੱਪਰ ਸਫ਼ਰ ਵੱਲ ਨੂੰ ਵਧਦੇ ਜਾ ਰਹੇ ਹਾਂ ਅਤੇ ਇੱਥੋਂ ਦੇ ਜਿਹੜੇ ਪੇੜ ਨੇ ਪਹਾੜ ਨੇ ਉਹ ਸਾਰਾ ਕੁਛ ਚੇਂਜ ਹੋਈ ਜਾਂਦਾ ਵਾ ਅਤੇ ਇਹ ਬਹੁਤ ਹੀ ਮਤਲਬ ਜ਼ਹਿਰੀਲੀਆਂ ਵੀ ਹੁੰਦੀਆਂ ਜੜੀਆਂ ਬੂਟੀਆਂ ਅਤੇ ਸੇਵਾਦਾਰ ਜਿਹੜੇ ਹੁੰਦੇ ਉਹ ਕਹਿੰਦੇ ਹੀ ਵੀ ਇਹਨਾਂ ਨੂੰ ਹੱਥ ਨਾ ਲਾਇਆ ਕਰੋ ਇਹਨਾਂ ਨੂੰ ਹੱਥ ਨਾ ਲਾਇਆ ਕਿਉਂਕਿ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਨਾ ਅਤੇ ਆਹ ਦੇਖੋ ਇੱਥੋਂ ਦੇ ਲੋਕ ਕਿਵੇਂ ਗਿੱਝੇ ਹੋਏ ਨੇ ਕਿਵੇਂ ਭਾਰ ਯਾ ਕਹਾਂ ਸੇ ਯਹਾਂ ਸੇ ਹੀ ਹੋ ਰੋਜ਼ ਜੇ ਜੇ ਕਿਸਕੇ ਲਈ ਯਾਰ ਖੱਚਰ ਕੇ ਲਈ ਠੀਕ ਹੈ ਦੇਖੋ ਜੀ ਇਹਨਾਂ ਦਾ ਨਿੱਤ ਦਾ ਰੂਟੀਨ ਉੱਪਰ ਨੀਚੇ ਚੜ੍ਹਨਾ ਇਹਨਾਂ ਨੂੰ ਕੋਈ ਤਕਲੀਫ਼ ਨਹੀਂ ਹੈ ਨਾ ਬਹੁਤ ਯਾਰ ਧਾਨੀ ਨੇ ਲੋਕ ਵੀ ਹੁਣ ਜਿਵੇਂ ਸਪਤੰਬਰ ਦੇ ਜਿਵੇਂ ਲਾਸਟ ਦਿਨ ਨੇ ਹੇਮਕੁੰਟ ਸਾਹਿਬ ਕਪਾੜ ਬੰਦ ਹੋ ਜਾਣਾ ਅਕਤੂਬਰ ਦੇ ਵਿੱਚ ਅਕਤੂਬਰ ਪਹਿਲੇ 10 ਦਿਨ ਜਾਂ 5 ਦਿਨਾਂ ਦੇ ਵਿੱਚ ਅਤੇ ਜਿਹੜੇ ਖੱਚਰ ਵਾਲੇ ਨੇ ਉਹ ਵੀ ਜਿਹੜੇ ਰੇਟ ਨੇ ਘਟਾ ਲੈਂਦੇ ਨੇ ਜਿਵੇਂ ਪਹਿਲਾਂ 1900 ਲੈਂਦੇ ਸੀ ਹੁਣ ਉਹ 1200 1200 1300 1300 ਰੁਪਏ ਨੂੰ ਜਾਣ ਨੂੰ ਤਿਆਰ ਕਿਤਨਾ ਤੁਰਤੇ ਹੋ ਇੱਕ ਦਿਨ ਮੈਂ ਕਿਤਨਾ ਰੋਜ਼ ਐਸੇ ਆ ਜੋ ਜੀ ਆਤੇ ਜਾਤੇ ਹੋ ਆਪ ਵਹਾਂ ਕੇ ਦੇਵੋ ਕੌਨ ਸਾ ਪਿੰਡ ਆਤਾ ਹੈ ਪੁਲਨਾ ਆਪ ਕਹਾਂ ਪਿੰਡ ਜਾਓਗੇ ਹਮ ਇਧਰ ਹੀ ਰਹਤੇ ਨਾ ਇਧਰ ਜੰਗਲ
चक्कीपुर में पुलना से चक्कीपुर में कितना किलोमीटर पड़ता है ये? 2 किलोमीटर पुलना से लेके यहाँ तक। फिर हमारे गांव उधर का भी होता है। अच्छा, जब ये 2013 में ये बाढ़ आई ना, सब रोड गया था ना, सब घर घुर सब खराब हो गया। 12 महीने यहाँ ही, यहाँ पे बर्फ नहीं पड़ती यहाँ पे। फिर आप काम कार मतलब कैसे, मतलब फिर काम कार कैसे करते हो? अंदर राशन वगैरह इकट्ठा कर लेते? 3 महीने का, जैसे 12वां महीना जनवरी फरवरी मार्च का पूरी बर्फ पड़ती है। ऊपर से तो गुरुद्वारे बंद हो जाता ना। की गल होगी, हाले तो आप 2 किलोमीटर नंगे आ। सही है, ये बहुत बारी 2000 आ रहे ने, 2007 तो बड़ी कृपा है महाराज की, है ना। बस एक दो तीन बारी मिस हो गया होगा ना, तो बस लगातार ही आ रहे ने। अब बैग ही ले जाओ पाऊ जी, बैग ले जाओ। खच्चर तुरे नहीं होया इन्हों तो, यही ना 1000 रुपए च किता। तुसी जरूर नाल लेके आया करो टोफिया, क्योंकि हुण जो उपर चढ़ते हैं जीव जीव मूह सुकता वा, ते पानी भी नहीं ज्यादा पीना चाहिए। क्यों जी बाबा जी, कद उपर आ रही है। वाहेगुरु जी। हाँ जी भाजी, हो गई यात्रा वधिया? बस थोड़ी दूर रह गया भाई, चढ़ के। ठीक है ठीक है। हेमकुंड साहब 13 किलोमीटर, घाघरिया 2 किलोमीटर रह गया जी, पुल 3 किलोमीटर रह गया। हौली हौली स्टेप लैके जा रहे हैं आपां, ओहदे नाल की है कि थकावट नहीं हुंदी छेती छेती। एक गल होर, जो आपां जिवें मान लो आपां चढ़ाई सीधी चढ़ते हैं ना, उपर सिर ना करो कदे भी, उपर चक के देखदे आ, उपर चक्कर आ जांदा, चक्कर जिहा आ जांदा। बाकी सारे बंदे अपने अगे जिहड़े नाल आए हुए, मैं भाई ते राशे हौली हौली लगे आने आ, ते नाल अपने बाबा जी भी आ रहे ने। हां जी वाहेगुरु जी, खालसा वाहेगुरु जी की फतेह। बाबा जी दर्शन वधिया हो गए जी, बहुत वधिया दर्शन होए जी। गुरु पातशाह ने बड़ी कृपा की, गुरु पातशाह दी संगत मान तान बड़ा उत्थे सत्कार होया जी। उनके गिदरा जटायु ने दर्शन दिया, उनकी बाज ने दर्शन दिया। वाहेगुरु। कित्थों आए बाबा जी? हेमकुंड साहब तो आए जी। ओदा कित्थों जे तुसी? ओतरा आनंदपुर साहब तो जी। आनंदपुर साहब तो ठीक है, गुरु दी नगरी तो आए जे। दर्शन जी, खुशियां दे जगार एक जावे फतेह पावे। श्री अकाल देखो जी, लंगूर भी बैठे ए, उपे बैठे बैठे सब कुछ थले गिरी जाने ने, केड़ा फल है ये? इन्ने दा वा ये कुरकरे? 10 रुपए वाला कुरकरे दे लो 20 रुपए। जो जो उत्ते जाई जाने जेड़ा रेट है वो डबल हो जाता। वो जिहड़ा पुल तुहानू देख रहे आ, उत्थों दी जिहड़ी चढ़ाई आ उपर गोबिंद धाम तक दी, वो सिर्फ 3.5 किलोमीटर रह जांदी आ। बस सानू इस टाइम जिहड़ा टाइम हो गया वा 12 बज गए ने सवेरे, असीं 8:30-9 बजे तुरे सीगे, ते असीं बिलकुल आराम नाम नाल तुरदे पए आ। देख लो भी आपां 8 किलोमीटर ते 4 किलोमीटर आपां सफर कढ लिया, ते हुण सारा रह गया 3-3.5 किलोमीटर। लो जी देखो नजारा, हलकनंदा ये नदी है, ऐन ठंडा ठंडा पानी पूरा ऐन गड़ा मारता ही जाता पूरा हलकनंदा। अगे जाके दो हो जांदियां ने, एक उधरों आ रही है, एक इधर गोविंद घाट नूं निकल जांदी है। ऐसे लैण वास्ते लिया ने, किन्ने लग लाग? काजू बादाम काली मिर्च इलायची लौंग पिस्ता बादाम मखाने।
ਟੀਸੀ ਕੱਢ ਕੇ ਆਹ ਵਾਲੀ ਪਲੇਟ 30 ਰੁਪਏ ਦੀ ਉਹ ਸਿਮ ਚੱਲ ਪਿਆ ਓਏ ਭਰ ਕੇ ਦੇਂਗਾ ਉਹ ਸਿਮ ਚੱਲ ਪਿਆ ਉਰੇ ਤਾਂ ਉਰੇ ਸਿਮ ਚੱਲ ਪਿਆ ਗਾਇਸ ਦੇਖੋ ਜੀ ਇਹਨੇ ਪੁਲ ਜਿਹੜਾ ਕੋਲ ਟੱਪੇ ਆਣਾ ਉਹ ਵਾਲਾ ਆ ਗਿਆ ਮੇਰੇ ਆਦੇ ਤਾਂ ਆ ਗਿਆ ਬਣਾ ਰਹੇ ਨੇ ਨਵਾਂ ਰੂਟ ਕੱਢ ਰਹੇ ਨੇ ਆਹ ਦੇਖੋ ਕਿੰਨਾ ਵਧੀਆ ਜ਼ਬਰਦਸਤ ਪੁਲ ਬਣਾ ਰਿਹਾ ਪੂਰਾ ਇਹ ਵੀ ਹੌਲੀ ਹੌਲੀ ਕਰ ਦੇਣਾ ਇਹਨਾਂ ਨੇ ਸ਼ੁਰੂ ਕੀ ਹੋਇਆ ਹੋਇਆ ਉਹ ਪੇੜ ਨੂੰ ਕਿਵੇਂ ਦਾਲ ਜੀ ਵਾਂਗੂ ਉੱਗੇ ਹੋਏ ਨੇ ਖੁੰਭਾ ਨੇ ਵਾਹਿ ਖਾਲਸਾ ਵਾਹਿ ਫਤਿਹ ਹੋਰ ਭਾਅ ਜੀ ਕੀ ਹਾਲ ਚਾਲ ਵਧੀਆ ਦਰਸ਼ਨ ਹੋ ਗਏ ਜਿਹੜੇ ਤਾਂ ਅੱਜ ਉੱਤਰ ਗਏ ਸੱਚਖੰਡ ਉਹ ਤਾਂ ਵਧੀਆ ਦਰਸ਼ਨ ਦੀਦਾਰੇ ਕਰਕੇ ਅੱਜ ਮੌਸਮ ਬਹੁਤ ਵਧੀਆ ਵਾ ਕੱਲ ਮੈਂ 6 ਘੰਟੇ ਲਾਏ ਸੀ ਕੱਲ ਵੀ ਏਦਾਂ ਹੀ ਧੁੱਪ ਸੀ ਤੇ 6 ਘੰਟੇ ਲੱਗ ਗਏ ਸੀ ਮੈਨੂੰ ਪਹੁੰਚਣ ਚ 1 ਵਜੇ ਦੇ ਰਾਊਂਡ ਪਹੁੰਚੇ ਸੀ ਪਰ ਖੁੱਲੇ ਦਰਸ਼ਨ ਹੋ ਗਏ 1 ਵਜੇ ਉੱਤੇ ਪਹੁੰਚੇ ਕਿੰਨੇ ਵਜੇ ਤੁਰੇ ਸੀ ਮੈਂ 7:30 ਦੇ ਰਾਊਂਡ ਸਵੇਰੇ ਹਾਂਜੀ 6 ਘੰਟੇ ਲੱਗ ਗਏ ਠੀਕ ਫਿਰ 2 ਵਜੇ ਤਾਂ ਥੱਲੇ ਭੇਜਣ ਲੱਗ ਜਾਂਦੇ ਹਾਂ 2 ਵਜੇ ਤੋਂ ਬਾਅਦ ਉਹ ਅਨਾਉਂਸਮੈਂਟ ਕਰ ਦਿੰਦੇ ਨੇ ਕਿ ਥੱਲੇ ਚਾਲੇ ਪਾਓ ਕਿਉਂਕਿ ਮੌਸਮ ਖਰਾਬ ਹੋਣ ਲੱਗ ਜਾਂਦਾ ਲੇਟ ਹੁਣ ਤੇ ਜੋਸ਼ੀ ਮੱਠ ਤੋਂ ਸਿੱਧਾ ਹੇਮਕੁੰਟ ਤੱਕ ਜਾਣ ਲੱਗੇ ਹੈਲੀਕਾਪਟਰ ਅੱਜ ਕਹਿ ਰਹੇ ਆ ਹੇਮਕੁੰਟ ਸਾਹਿਬ ਨੂੰ ਹਾਂ ਸਿੱਧਾ ਅੱਛਾ ਅੱਜ ਕਹਿ ਰਹੇ ਨੇ ਕਿ ਉਦਘਾਟਨ ਹੋਇਆ ਹੁਣ ਗੱਲ ਪੂਰੀ ਪਤਾ ਨਹੀਂ ਐਸੇ ਅੱਛਾ ਅੱਛਾ ਪਰ ਕਹਿ ਉਧਰੋਂ ਹੁਣ ਜੋਸ਼ੀ ਮੱਠ ਤੋਂ ਸਿੱਧਾ ਹੇਮਕੁੰਟ ਤੱਕ ਤੋਂ ਫਿਰ ਉਧਰੋਂ ਬਾਅਦ ਜੋਸ਼ੀ ਮੱਠ ਤੋਂ ਹਾਂਜੀ ਜੋਸ਼ੀ ਮੱਠ ਤੋਂ ਹਾਂਜੀ ਹਾਂਜੀ ਅੱਛਾ ਜੀ ਤੇ ਸਿੱਧਾ ਫਿਰ ਉਸ ਤੋਂ ਬਾਅਦ 1.5 ਕਿਲੋਮੀਟਰ ਦੀ ਚੜਾਈ ਹੋ ਰਹੀ ਹੈ ਜੀ ਬਸ ਤਾਂ ਬਾਲਾ ਹੀ ਛੋਟਾ ਕਰੀ ਜਾਂਦੇ ਨੇ ਸੰਗਤਾਂ ਵਾਸਤੇ ਨਾ ਸੰਗਤਾਂ ਵਾਸਤੇ ਛੋਟਾ ਤੇ ਕਰ ਰਹੇ ਨੇ ਪਰ ਫਿਰ ਇਹਦਾ ਇਹ ਵੀ ਹੈ ਕਿ ਜਿਹਦਾ ਸਹੂਲਤਾਂ ਆਸਾਨ ਹੋ ਜਾਣਗੀਆਂ ਸਹੂਲਤਾਂ ਹਾਂ ਤੇ ਫਿਰ ਗੁਰੂ ਘਰ ਨਹੀਂ ਰਹਿਣਾ ਇਹ ਪਿਕਨਿਕ ਸਪੌਟ ਬਣ ਜਾਣਾ ਜਿਹੜਾ ਇਹ ਸੰਗਤ ਇੱਧਰ ਆਂਦੀ ਹੈ ਤਾਂ ਗੋਬਿੰਦ ਧਾਮ ਰੁਕਦੀ ਹੈ ਚਲੋ ਹਾਂ ਉਹ ਤਾਂ ਭਾਜੀ ਆਪਣੀ ਆਪਣੀ ਸ਼ਰਧਾ ਹਾਂ ਗੋਬਿੰਦ ਧਾਮ ਰੁਕਦੀ ਹੈ ਤੇ ਫਿਰ ਥੋੜੀ ਮਾਤਾ ਜਿਹੜੀ ਤੁਰ ਕੇ ਜਾਂਦੀ ਹੈ ਉਹ ਘੱਟ ਹੋ ਜਾਣੀ ਕਿਉਂਕਿ ਯਾਤਰਾ ਜਿਹੜੀ ਤੁਰ ਕੇ ਜ਼ਿਆਦਾ ਸਫਲ ਹੁੰਦੀ ਹੈ ਸਹੀ ਗੱਲ ਹੈ ਐਗਰੀ ਆ ਭਾਜੀ ਤੇ ਖੱਚਰ ਵਾਲਿਆਂ ਨੇ ਵੀ ਬੜੀ ਲੁੱਟ ਪਾਈ ਹੈ ਤੇ ਉਹਨਾਂ ਨੇ ਵੀ ਲਗਾਮ ਆਏਗੀ ਫਿਰ ਥੋੜੀ ਜੀ ਤੇ ਬਸ ਇਹ ਹੈ ਕਿ ਹੈਲੀਕਾਪਟਰ ਨਾਲ ਤੁਹਾਡਾ ਟਾਈਮ ਵੀ ਬਚੇਗਾ ਮਤਲਬ ਜਿਹੜਾ ਤੁਹਾਡਾ 2 ਦਿਨ ਦਾ ਕੰਮ ਹੈ ਉਹ 1 ਦਿਨ ਚ ਹੋ ਜਾਏਗਾ ਹਾਂਜੀ ਹਾਂਜੀ ਹੁਣ ਇੱਥੋਂ ਵੀ ਗੋਬਿੰਦ ਤਾਂ ਘਾਟ ਤੋਂ ਧਾਮ 3 ਮਿੰਟ ਦੀ ਰਾਈਡ ਆ ਨਹੀਂ ਉਹ ਸਿੱਧਾ ਬੰਦ ਕਰਤਾ ਹੁਣ ਸਿੱਧਾ ਉਤਰੋਂ ਹੁਣ ਹੇਮਕੁੰਟ ਸਾਹਿਬ ਨੂੰ ਕਰਤਾ ਹਾਂਜੀ ਬਸ ਪੂਰਾ ਤੋੜਦਾ ਚਲੋ ਠੀਕ ਹੈ ਭਾਈ ਵਾਹਿ ਖਾਲਸਾ ਵਾਹਿ ਘਾਗਰੀਆ ਪਹੁੰਚ ਚੁੱਕੇ ਆ ਆ ਰਹੇ ਹੈਲੀਪੈਡ ਇੱਥੇ ਗੋਬਿੰਦ ਘਾਟ ਤੋਂ ਆ ਕੇ ਇੱਥੇ ਆ ਕੇ ਲਾ ਦਿੰਦੇ ਆ 3 ਮਿੰਟ ਦੀ ਰਾਈਡ 'ਚ ਹੌਲੀ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋਣ ਲੱਗ ਗਈ ਆ ਬਟ ਆਪਾਂ ਨੇੜੇ ਲੱਗ ਚੁੱਕੇ ਆ ਗੋਬਿੰਦ ਧਾਮ ਦੇ ਆ ਦੇਖੋ ਹੈਲੀਪੈਡ ਇੱਥੇ ਇੱਥੇ ਆਪਾਂ ਅੰਦਰ ਜਾਣ ਨਹੀਂ ਦਿੰਦੇ ਕਿਉਂਕਿ ਜੇ ਟਿਕਟ ਹੋ ਗਈ ਤਾਂ ਤੁਸੀਂ ਇੱਥੇ ਅੰਦਰ ਜਾ ਸਕਦੇ ਹੋ ਅਤੇ ਟਿਕਟ ਬੁੱਕ ਕਰਾਉਣੀ ਆ ਉਹ ਜਿਹੜਾ ਕੈਂਪ ਲੱਗਿਆ ਤੁਸੀਂ ਦੇਖ ਰਹੇ ਹੋ ਆ ਵਾਈਟ ਜੀ ਵਾਲਾ ਇੱਥੇ ਅੰਦਰ ਬੈਠੇ ਹੁੰਦੇ ਨੇ ਇੱਥੋਂ ਆਪਾਂ ਜਾ ਕੇ ਟਿਕਟ ਬੁੱਕ ਕਰਾ ਸਕਦੇ ਔਨ ਦੀ ਸਪੋਰਟ ਹੋ ਜਾਂਦੀ ਆ ਔਨ ਦੀ ਸਪੋਰਟ ਟਿਕਟਾਂ ਬੁੱਕ ਹੋ ਜਾਂਦੀਆਂ ਨੇ ਇੱਕ ਸਾਈਡ ਦੀ 3000 ਰੁਪਈਆ ਵਾ ਅਤੇ ਜੇ ਆਉਣ ਜਾਣ ਕਰਨਾ ਤਾਂ 6000 ਰੁਪਏ 'ਚ ਗੋਬਿੰਦ ਘਾਟ ਤੋਂ ਧਾਮ ਧਾਮ ਤੋਂ ਫਿਰ ਗੋਬਿੰਦ ਘਾਟ ਬਹੁਤ ਹੀ ਸੋਹਣਾ ਮੌਸਮ ਐਨ ਸੋਹਣੇ ਨਜ਼ਾਰੇਦਾਰ ਹਵਾ ਅਸੀਂ ਬਹੁਤ ਹੀ ਹੌਲੀ ਹੌਲੀ ਜਾ ਰਹੇ ਹਾਂ ਤਾਂ ਕਿ ਜ਼ਿਆਦਾ ਥਕਾਵਟ ਨਾ ਮਹਿਸੂਸ ਹੋਵੇ ਆਪਾਂ ਨੂੰ ਅਸੀਂ ਪਹੁੰਚਣ ਵਾਲੇ ਗੋਬਿੰਦ ਧਾਮ ਨੂੰ 500 ਮੀਟਰ ਰਹਿ ਗਿਆ ਅਤੇ ਵੈਸੇ ਖੱਚਰ ਵਾਲੇ ਜਿਹੜੇ ਭਾਈ ਨੇ ਇਹਨਾਂ ਦੇ ਸਾਹ ਹੀ ਬਹੁਤ ਪੱਕੇ ਆ ਖੱਚਰ ਜਿਵੇਂ ਜਿਵੇਂ ਭੱਜਿਆ ਨਾਲ ਨਾਲ ਹੀ ਪੂਰੇ ਪੂਰੇ ਐਨ ਭੱਜੇ ਜਾਂਦੇ ਨੇ ਉੱਪਰ ਚੜ੍ਹਾਈਆਂ ਨੂੰ ਉਹਨਾਂ ਦਾ ਫਿਰ ਰੋਜ਼ ਦਾ ਕੰਮ ਹੋ ਗਿਆ ਨਾ ਭੱਜੇ ਹੀ ਜਾਂਦੇ ਨੇ ਉੱਪਰ ਨੂੰ ਬਟ ਜਦੋਂ ਆਪਾਂ ਗੋਬਿੰਦ ਧਾਮ ਦੀ ਚੜ੍ਹਾਈ ਚੜ੍ਹਦੇ ਜਦੋਂ ਪੁਲ ਜਿਹਾ ਪਾਰ ਕਰਦੇ ਹਾਂ ਉੱਥੋਂ ਦੀ ਲੈ ਕੇ ਹੁਣ ਤੱਕ ਵੀ ਫੋਨ 'ਚ ਜਿਹੜੇ ਟਾਵਰ ਆਉਂਦੇ ਨੇ ਇਹਨੂੰ ਕੀ ਹੋ ਗਿਆ ਫੋਨ ਦੇ ਟਾਵਰ ਟੂਵਰ ਰੇਂਜ ਆਉਂਦੀ ਆ ਅਤੇ ਫੋਨ ਫੂਨ ਵੀ ਸੁਣ ਸਕਦੇ ਹਾਂ ਆਪਾਂ ਜਦੋਂ ਗੋਬਿੰਦ ਧਾਮ 4.5 ਕਿਲੋਮੀਟਰ ਰਹਿ ਜਾਂਦਾ ਉਦੋਂ ਰੇਂਜ ਆਉਣੀ ਸ਼ੁਰੂ ਹੋ ਜਾਂਦੀ ਆ ਉੱਪਰ ਗੋਬਿੰਦ ਧਾਮ ਤੱਕ ਵੀ ਅਸੀਂ ਪਹੁੰਚ ਚੁੱਕੇ ਹਾਂ ਜੀ ਅਤੇ ਸਾਰੀ ਮਾਰਕੀਟ ਆ ਅਤੇ ਹੋਟਲ ਹੋਟਲ ਦੁਕਾਨਾਂ ਸਭ ਕੁਛ ਹੋਟਲ ਵੀ ਬਣੇ ਹੋਏ ਨੇ ਹੋਟਲ ਵੀ ਲੈ ਸਕਦੇ ਹੋ ਫਾਸਟ ਫੂਡ ਵੀ ਤੁਸੀਂ ਖਾ ਸਕਦੇ ਹੋ ਬ੍ਰੈਡ ਪਕੌੜੇ ਗੁਲਾਬ ਜਾਮਣਾ ਸਪਰਿੰਗ ਰੋਲ ਸਮੋਸੇ ਤੇ ਫਾਸਟ ਫੂਡ ਦਾ ਹੈ ਗੁਲਾਬ ਜਾਮਣਾ ਖਾਣਾ
ਪਤਾ ਨਹੀਂ ਕਿੰਨੇ ਦਿਨ ਦੀਆਂ ਪਈਆਂ ਹੋਣੀਆਂ ਐਂ ਧੂੜ ਘਟਾ ਪਈ ਜਾਂਦਾ ਵਾ ਹਾਂ ਮੋਮਸ ਵੀ ਖਾ ਪੀ ਸਕਦੇ ਹੋ ਦਵਾਈ ਮੈਡੀਸਨ ਵੀ ਹੈਗੀ ਆ ਉਹਦੇ ਸ਼ੋਪ ਮੈਡੀਕਲ ਦੀ ਲਓ ਜੀ ਆਪਾਂ ਪਹੁੰਚ ਹੀ ਗਏ ਗੁਰਦੁਆਰਾ ਗੋਬਿੰਦ ਧਾਮ ਅਤੇ ਜੁਰਾਬਾ ਜੁਰੂਬਾ ਬੂਟ ਦੁੱਧ ਕੇਸਰ ਦਾ ਦੁੱਧ ਲਓ ਜੀ ਪਹੁੰਚ ਹੀ ਗਏ ਆਪਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਗੋਬਿੰਦ ਧਾਮ ਬੋਲੇ ਸੋ ਨਿਹਾਲ ਕਮਰਾ ਬੁੱਕ ਕਰਾਇਆ ਵਾ ਉੱਥੇ ਆਪਾਂ ਪਹਿਲਾਂ ਕਮਰੇ ਸਮਾਨ ਸਮੂਹ ਰੱਖ ਦਈਏ ਬੈਗ ਫਿਰ ਆਪਾਂ ਅੱਗੇ ਲੰਗਰ ਛਕਾਂਗੇ ਬਹੁਤ ਥੱਕ ਗਏ ਹਾਂ ਅਤੇ ਭੁੱਖ ਵੀ ਬਹੁਤ ਲੱਗੀ ਆ ਕਮਰਾ ਨੰਬਰ 11 ਤੋਂ 23 ਤੱਕ ਆਪਣੇ ਤੁਹਾਨੂੰ ਮਿਲਿਆ ਚੱਲ ਵਧੀਆ ਯਾਰ ਇੱਕ ਉੱਪਰੋਂ ਨਹੀਂ ਮਿਲਿਆ ਆਪਾਂ ਨੂੰ ਉੱਪਰ ਨਹੀਂ ਚੜ੍ਹਨਾ ਪਿਆ ਆਪਾਂ ਨੂੰ ਉਹਦਾ ਪੈਰ ਪੂ ਵੀ ਗਏ ਓਏ ਕਦੋਂ ਤੇ ਪਹੁੰਚੇ ਵੀਰੇ ਤੁਸੀਂ ਟਾਈਮ ਹੋ ਚੁੱਕਿਆ ਜੀ 3:10 ਤੇ ਸਵੇਰੇ ਆਪਾਂ ਉੱਥੋਂ ਤੁਰੇ ਸੀਗੇ ਗੋਬਿੰਦ ਘਾਟ ਤੋਂ ਅਰਾਊਂਡ 9 ਵਜੇ 3 ਵਜੇ ਆਪਾਂ ਪਹੁੰਚ ਗਏ ਹਾਂ ਆਰਾਮ ਨਾਲ ਬਿਲਕੁਲ ਤੇ ਹੁਣ ਆਪਾਂ ਲੰਗਰ ਛਕਦੇ ਹਾਂ ਲੰਗਰ ਛਕ ਕੇ ਫਿਰ ਆਪਾਂ ਆਰਾਮ ਕਰਾਂਗੇ